ਪੂਰਾ ਮਾਹੌਲ ਬਣਾਇਆ ਗਿਆ ਇੱਥਾਂ ਇੱਥੇ ਉਹ ਕਸ਼ਮੀਰ ਵਰਗਾ ਬਣਾਇਆ ਗਿਆ। ਹਰਿਆਣਾ ਪੁਲਿਸ ਜ਼ਿਆਦਾ ਤੋਂ ਸਦਰ ਡਾਲ ਰਹੀ ਹੈ ਕਿਸਾਨਾਂ 'ਤੇ। ਪੰਜਾਬੀਆਂ ਨੇ ਪਹਿਲਾਂ ਵੀ ਦਰਿਆ ਪਾਰ ਕੀਤੇ ਨੇ, ਇਹ ਤਾਂ ਫਿਰ ਵੀ ਇੱਕ ਗਰਤਾ ਬਰਸਾਤੀ ਦਰਿਆ ਹੈ। ਰਬਰ ਬੁਲੇਟ ਦਾ ਆਪਾਂ ਪਹਿਲਾਂ ਹੀ ਜ਼ਿਕਰ ਕੀਤਾ, ਦੇਖੋ ਲਗਾਤਾਰ ਹਜੇ ਆਪਾਂ ਗੱਲ, ਮੈਂ ਆਪਣੀ ਗੱਲ, ਮੈਨੂੰ ਲੱਗਦਾ 15 ਸੈਕਿੰਡ ਹੋਏ ਹੋਣੇ ਆ ਤਾਂ 3-4 ਗੋਲੀਆਂ ਚੱਲਣ ਦੀ ਆਵਾਜ਼ ਆ ਗਈ ਆ, ਆਪਾਂ ਚੌਥਾ ਪੰਜਵਾਂ ਹੋਰ ਚੱਲ ਗਿਆ। ਪਿਛਲੇ ਅੰਦੋਲਨ ਦੇ ਵੱਡੇ ਚਿਹਰੇ ਬਲਵੀਰ ਰਾਜੇਵਾਲ, ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ ਇਹ ਗਾਇਬ ਨੇ। ਕਿਸਾਨ ਅੰਦੋਲਨ ਦਾ ਅੱਜ ਪਹਿਲਾ ਦਿਨ ਹੈ। ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਨੇ ਮੋਰਚੇ ਲਾਏ ਹੋਏ ਆ, ਕਿਉਂਕਿ ਅਗਲੇ ਬੰਨੇ ਜ਼ਬਰਦਸਤ ਤਰੀਕੇ ਨਾਲ ਬੈਰੀਕੇਟਿੰਗ ਕੀਤੀ ਹੋਈ ਹੈ। ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਹਰੇਕ 2-2, 3-3 ਮਿੰਟ ਬਾਅਦ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ, ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਇੱਥੇ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਕਿਸਾਨ ਆਗੂਆਂ ਦੀ, ਉੱਥੇ ਵੀ ਪਿੱਛੇ ਗੋਲਾ ਸੁੱਟ ਦਿੱਤਾ ਔਰ ਖਦੇੜਨ ਦੀ ਕੋਸ਼ਿਸ਼ ਕੀਤੀ। ਮਨਦੀਪ ਪੂਨੀਆ ਸਾਡੇ ਨਾਲ ਨੇ, ਮਨਦੀਪ ਪੂਨੀਆ ਹੁਣਾਂ ਦਾ ਕੋਈ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ, ਸਾਰੇ ਜਾਣਦੇ ਹੋ ਤੁਸੀਂ ਮਨਦੀਪ ਪੂਨੀਆ ਹੁਣਾਂ ਨੂੰ ਔਰ ਜੁਝਾਰੂ ਪੱਤਰਕਾਰ ਨੇ ਮਨਦੀਪ ਹੁਣੀ। ਮਨਦੀਪ, ਕੀ ਅੱਜ ਸਵੇਰ ਤੋਂ ਤੁਸੀਂ ਦੇਖਿਆ ਹੋਊਗਾ, ਕੀ ਕਹਿੰਦਾ ਰਿਵਿਊ ਤੁਹਾਡਾ, ਐਨਾਲਾਈਜ਼ ਕੀਤਾ ਹੋਣਾ ਤੁਸੀਂ, ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਸਾਰੀ ਬੁਲੇਟ ਇੰਜਰੀਜ਼ ਹੋਈਆਂ, ਬਹੁਤ ਸਾਰੇ ਕਿਸਾਨਾਂ ਦੇ ਉੱਪਰ ਪਲਾਸਟਿਕ ਦੀਆਂ ਗੋਲੀਆਂ ਦਾਗੀਆਂ ਗਈਆਂ, ਕੀ ਸੋਚਦੇ ਹੋ, ਕੀ ਸਮਝਦੇ ਹੋ? ਦੇਖੋ ਹਰਿਆਣਾ ਪੁਲਿਸ ਜ਼ਿਆਦਾ ਤੋਂ ਸਦਰ ਡਾਲ ਰਹੀ ਹੈ ਕਿਸਾਨਾਂ 'ਤੇ, ਅਤੇ ਲਗਾਤਾਰ ਆਪਾਂ ਦੇਖ ਹੀ ਰਹੇ ਹਾਂ ਇੱਧਰ ਕ ਗਰਦ ਰਿਹਾ, ਅਤੇ ਤਾਂ ਆਪਾਂ ਨੂੰ ਪਤਾ ਕਿ ਹਰਿਆਣਾ ਪੁਲਿਸ ਦੀ ਤਿਆਰੀਆਂ ਸੀਗੀਆਂ, ਬਿਆਸ ਦਰਿਆ ਤੋਂ ਆਪਣੇ ਵਾਲੇ ਚੱਲੇ ਸੀਗੇ, ਅਤੇ ਪੰਜਾਬੀਆਂ ਨੇ ਪਹਿਲਾਂ ਵੀ ਦਰਿਆ ਪਾਰ ਕੀਤੇ ਨੇ, ਇਹ ਤਾਂ ਫਿਰ ਵੀ ਇੱਕ ਗਰਤਾ ਬਰਸਾਤੀ ਦਰਿਆ ਹੈ, ਇਹਨੂੰ ਵੀ ਪਾਰ ਕਰ ਹੀ ਲੈਣਗੇ। ਪਰ ਜਿਹੜਾ ਅੱਜ ਇੱਕ ਪੂਰਾ ਮਾਹੌਲ ਬਣਾਇਆ ਗਿਆ ਇੱਥਾਂ ਇੱਥੇ ਉਹ ਕਸ਼ਮੀਰ ਵਰਗਾ ਬਣਾਇਆ ਗਿਆ, ਅਤੇ ਦੂਜਾ ਕਸ਼ਮੀਰ 'ਚ ਪੈਲੇਟ ਗਨ ਵਰਤੀ ਜਾਂਦੀ ਹੈ। ਆਪਾਂ ਨੂੰ ਪਤਾ ਜੁੰਮੇ ਦੀ ਨਮਾਜ਼ ਤੋਂ ਬਾਅਦ ਜਦੋਂ ਉੱਥੋਂ ਦੇ ਨੌਜਵਾਨ ਆਪਣੇ ਰੈਜਿਸਟੈਂਸ, ਆਪਣਾ ਅੰਦੋਲਨ ਕਰਦੇ ਹੈਗੇ ਆ, ਉੱਥੇ ਉਹਨਾਂ ਦੇ ਰਬੜ ਜਿਹੜੀ ਰਬੜ ਬੁਲਟ ਮਾਰੀ ਜਾਂਦੀ ਹੈਗੀ ਆ, ਅਤੇ ਅੱਜ ਪੰਜਾਬੀਆਂ 'ਤੇ ਵੀ ਉਹੀ ਵਰਤੀ ਗਈ, ਮਤਲਬ ਇਹ ਆਪਾਂ ਨੂੰ ਦਿਖ ਵੀ ਰਿਹਾ। ਅਤੇ ਕਿਸਾਨਾਂ ਦੇ ਜਿਹੜੇ ਹੌਸਲੇ ਸੀਗੇ ਉਹਦੀ ਤਾਰੀਫ ਕਰਨੀ ਪਊਗੀ, ਕਿਉਂਕਿ 7-8 ਘੰਟੇ ਹੋ ਗਏ ਕਿਸਾਨਾਂ ਦੀ ਗਿਣਤੀ ਘਟੀ ਨਹੀਂ, ਉਹਨਾਂ ਬੁਲਟਾਂ ਕਰਕੇ ਜਾਂ ਫਿਰ ਉਹਨਾਂ ਗੋਲਿਆਂ ਕਰਕੇ ਬਲਕਿ ਵਧੀ ਹੈ, ਹੁਣ ਵੀ ਜਿਹੜਾ ਕਾਰਵਾ ਹੈਗਾ ਉਹ ਲੰਬਾ ਹੁੰਦਾ ਜਾ ਰਿਹਾ। ਅਤੇ ਕਿਤੇ ਨਾ ਕਿਤੇ ਇਹ ਤਾਂ ਇਸ ਚੀਜ਼ ਦੇ ਤਾਂ ਵਧਾਈ ਦੇ ਹੱਕਦਾਰ ਹੈਗੇ ਆ ਪੰਜਾਬੀ ਕਿਸਾਨ, ਕਿ ਉਹ ਜਦੋਂ ਵੀ ਕੋਈ ਇਸ ਕਿਸਮ ਦਾ ਮਾਹੌਲ ਸਿਰਜਦਾ ਉਹ ਤੋਂ ਪਿੱਛੇ ਨਹੀਂ ਹਟਦੇ, ਬਲਕਿ ਉਹਦਾ ਮੁਕਾਬਲਾ ਕਰਦੇ ਨੇ, ਅਤੇ ਉਹਨਾਂ ਦਾ ਨੰਬਰ 'ਚ ਘਾਟਾ ਨਹੀਂ ਹੁੰਦਾ ਬਲਕਿ ਵਾਧਾ ਹੁੰਦਾ ਹੈ। ਮਨਦੀਪ, ਹਰਿਆਣੇ ਦੀਆਂ ਜਥੇਬੰਦੀਆਂ ਜਿਹੜੀਆਂ, ਜਿਵੇਂ ਕੁਛ ਜਥੇਬੰਦੀਆਂ ਜਿਵੇਂ ਪਿਛਲੀ ਵਾਰ ਚੜੂਨੀ ਹੁਣਾਂ ਦਾ ਸਾਥੀ, ਉਹ ਕਹਿੰਦੇ ਸਾਨੂੰ ਸਪੋਰਟ ਵਾਸਤੇ ਕਿਹਾ ਗਿਆ, ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ, ਕੁਛ ਕਿਸਾਨ ਕਹਿੰਦੇ ਕਿ ਉਹਨਾਂ ਨੂੰ ਕਿਹਾ ਗਿਆ ਸੀ ਪਰ ਇਲੈਕਸ਼ਨ ਲੜਨ ਦੀ ਗੱਲ ਆਈ, ਇਸ ਕਰਕੇ ਕਹਿੰਦੇ ਬਾਅਦ ਵਿੱਚ ਉਹਨਾਂ ਨੇ ਕੋਈ ਪੈਸ ਸਿਰ ਪੈਰ ਨਹੀਂ ਫੜਾਇਆ, ਤਾਂ ਕਿਵੇਂ ਦੇਖਿਆ ਜਾਵੇ ਪਿਛਲੀ ਵਾਰ ਨਾਲੋਂ? ਹਾਲਾਂਕਿ ਪੰਜਾਬ ਦੀਆਂ ਯੂਨੀਅਨਸ ਆਉਣ ਲੱਗ ਗਈਆਂ ਜਿਹੜੀਆਂ ਨਾਲ ਨਹੀਂ ਤੁਰੀਆਂ ਸੀ, ਬਾਅਦ ਵਿੱਚ ਨਾਲ ਆਉਣ ਲੱਗ ਗਈਆਂ, ਮਨਜੀਤ ਰਾਏ ਹੁਣੀ ਆ ਗਏ, ਬਲਵੰਤ ਬਹਿਰਾਮ ਕੇ ਹੁਣੀ ਆ ਗਏ, ਹੋਰ ਵੀ ਆ ਗਏ ਕਈ ਯੂਨਿਟਸ ਆ ਗਈਆਂ। ਅਤੇ ਇਹ ਸਵਾਲ ਬਹੁਤ ਜਾਇਜ਼ ਹੈਗਾ, ਬਹੁਤ ਜ਼ਰੂਰੀ ਹੈਗਾ ਕਿ ਲਗਾਤਾਰ ਇਹ ਪੁੱਛਿਆ ਜਾਣਾ ਚਾਹੀਦਾ ਕਿ ਪਿਛਲੇ ਅੰਦੋਲਨ ਦੇ ਵੱਡੇ ਚਿਹਰੇ ਬਲਵੀਰ ਰਾਜੇਵਾਲ, ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ ਇਹ ਗਾਇਬ ਨੇ, ਤਾਂ ਇਹਦੇ ਵਿੱਚ ਕੁਛ ਕਾਰਨ ਨੇ। 2020-21 ਦਾ ਅੰਦੋਲਨ ਜਦੋਂ ਖਤਮ ਹੁੰਦਾ ਹੈ ਅਤੇ ਗੁਰਨਾਮ ਚੜੂਨੀ ਅਤੇ ਬਲਵੀਰ ਰਾਜੇਵਾਲ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸਪਨਾ ਪਾਲਦੇ ਨੇ ਅਤੇ ਇੱਥੇ ਆ ਕੇ ਚੋਣ ਲੜਦੇ ਨੇ, ਅਤੇ ਉਹਨਾਂ ਚੋਣਾਂ ਜਾਣ ਕਰਕੇ ਉਹਨਾਂ ਦੀ ਪੂਰੀ ਕ੍ਰੈਡੀਬਿਲਿਟੀ ਹੈਗੀ ਆ ਉਹ ਬਿਖਰ ਜਾਂਦੀ ਹੈਗੀ ਆ। ਜਿਹੜੇ ਗੁਰਨਾਮ ਚੜੂਨੀ ਹੈਗੇ ਉਹ ਤਾਂ ਤੇਲੰਗਾਨਾ ਵਾਲਿਆਂ ਦੀ TRS ਦੀ ਜਿਹੜੀ ਪਾਰਟੀ ਹੈਗੀ ਆ ਉਹਦੇ 'ਚ ਵੀ ਹੈਗੇ ਆ ਉਹ, ਅਤੇ ਉਹਨਾਂ ਦੀ ਤਾਂ ਇਸ ਕਰਕੇ ਉਹ ਕ੍ਰੈਡੀਬਿਲਿਟੀ ਡਾਊਨ ਗਈ ਹੈਗੀ ਆ। ਰਾਕੇਸ਼ ਟਿਕੈਤ ਦੇ ਜਿਹੜੇ ਭਰਾ ਨੇ ਨਰੇਸ਼ ਟਿਕੈਤ, ਹੁਣ 15 ਦਿਨ ਪਹਿਲੇ ਹੀ ਉਹ BJP ਦੀ ਇੱਕ ਯਾਤਰਾ ਨਿਕਲੀ ਸੀਗੀ, ਵਿਕਾਸ ਯਾਤਰਾ,
ਯਾਤਰਾ ਉਹਦੇ 'ਚ ਗਏ ਹੋਏ ਸੀਗੇ ਅਤੇ ਉਹਨਾਂ ਦੇ ਬਿਆਨ ਆਪਾਂ ਨੂੰ ਪਤਾ ਕਿੰਨੇ ਢੁੱਲਮੁੱਲ ਰਹਿੰਦੇ ਨੇ ਅਤੇ ਉਹ ਕਿਤੇ ਨਾ ਕਿਤੇ ਇਸ ਕਰਕੇ ਉਹ ਡਿਸਕ੍ਰੈਡਿਟ ਹੋਏ ਨੇ। ਜਿਹੜੀ ਹੁਣ ਇੱਥੇ ਜਿਹੜੇ ਲੋਕ ਹੈਗੇ ਆ ਉਹ ਸਾਰੇ ਇਸ ਕਿਸਮ ਦੇ ਹੈਗੇ ਆ ਜਿਨ੍ਹਾਂ ਨੇ ਉਸ ਟਾਈਮ ਦਿੱਲੀ ਮੋਰਚੇ ਦੌਰਾਨ ਵੀ ਜਿਨ੍ਹਾਂ ਨੇ ਕੋਈ ਹਲਕੀ ਗੱਲ ਨਹੀਂ ਕੀਤੀ, ਬਲਕਿ ਵਧੀਆ ਜਿਹੜੀ ਪੋਜੀਸ਼ਨਾਂ ਸੀਗੀਆਂ ਕਿਸਾਨਾਂ ਦੀ ਬਣਦੀ ਪੋਜੀਸ਼ਨਾਂ ਸੀਗੀਆਂ ਉਹ ਲਿੱਤੀਆਂ, ਅਤੇ ਤਸੱਦਤ ਬਾਰੇ ਹੋਵੇ, 26 ਜਨਵਰੀ ਬਾਰੇ ਹੋਵੇ ਜਾਂ ਫਿਰ ਮੋਰਚੇ ਦੀ ਮੰਗਾਂ ਬਾਰੇ ਹੋਵੇ, ਜਿਹੜੀ ਲੀਡਰਸ਼ਿਪ ਹੁਣ ਇੱਥੇ ਨਹੀਂ ਦਿਖ ਰਹੀ। ਔਰ ਉਹ ਯਾਦ ਕਰੋ ਉਹ ਅਮਿਤ ਸ਼ਾਹ ਦੀ ਚਿੱਠੀ 'ਤੇ ਵੀ ਸਾਈਨ ਕਰਾਈ ਸੀਗੀ ਜਿਹਦੇ 'ਚ ਉਹ ਬਹੁਤ ਥੋੜ੍ਹੀ ਮੰਗਾਂ 'ਤੇ ਮੰਨ ਰਹੇ ਸੀਗੇ। ਇੱਥੇ ਜਿਹੜੀ ਲੀਡਰਸ਼ਿਪ ਹੈਗੀ ਆ ਉਹੀ ਲੀਡਰਸ਼ਿਪ ਹੈਗੀ ਆ ਜਿਹੜੀ ਉੱਥੇ ਅੜੀ ਸੀਗੀ ਕਿ ਅਸੀਂ ਜਿਹੜੇ 3 ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੋਈ ਵੀ ਸੌਦਾ ਨਹੀਂ ਕਰਨਾ, ਨਹੀਂ ਤਾਂ ਕਿਸਾਨ, ਪੰਜਾਬ ਦੇ ਕਿਸਾਨ ਸਾਨੂੰ ਘੱਗਰ ਵਿੱਚ ਦੱਬ ਕੇ ਜਾਣਗੇ। ਤਾਂ ਇਹ ਫਰਕ ਹੁੰਦਾ ਹੈ। ਅਤੇ ਇੱਥੇ ਚਾਹੇ ਲੈਫਟ ਹੋਵੇ ਚਾਹੇ ਰਾਈਟ ਹੋਵੇ, ਹੁਣ ਲੈਫਟ ਦੇ ਬੀਕੇ ਸੁਰਜੀਤ ਫੂਲ ਹੋ ਰਹੀ ਹੋਵੇ ਜਾਂ ਫਿਰ ਦੂਜੇ ਸਰਨ ਪੰਧੇਰ ਹੋ ਰਹੀ ਹੋਵੇ, ਇਹ ਇਹਨਾਂ ਦਾ ਠੀਕ ਠਾਕ ਇੱਕ ਉਹ ਕਾਡਰ ਹੈਗਾ ਅਤੇ ਆਪਾਂ ਨੂੰ ਦਿਖ ਵੀ ਰਿਹਾ। ਹੁਣ ਜਦੋਂ ਬਿਆਸ ਦਰਿਆ ਤੋਂ ਚੱਲੇ ਸੀਗੇ ਕਿਸਾਨ ਅਤੇ ਉਹਨਾਂ ਦਾ ਕਾਫਲਾ ਘੱਟੋ ਘੱਟ 12-13 ਕਿਲੋਮੀਟਰ ਲੰਬਾ ਸੀਗਾ ਮਜ਼ਹਿਲਾਂ ਦਾ, ਤਾਂ ਇਹ ਦੇਖਣ ਵਾਲਾ ਹੈਗਾ। ਹੁਣ ਖਨੌਰੀ ਬਾਰਡਰ ਦੇਖ ਲਓ ਤੁਸੀਂ ਜਾ ਕੇ, ਪੂਰੇ ਜਿਹੜੇ ਮਲਵਈ ਹੈਗੇ ਆ ਉਹਨਾਂ ਨੇ ਪੂਰਾ ਉੱਥੇ ਮਜ਼ਮਾ ਲਾਇਆ ਹੋਇਆ। ਹਰਿਆਣੇ 'ਚ ਤਸਦ ਜ਼ਿਆਦਾ, ਇਸ ਕਰਕੇ ਹਰਿਆਣੇ ਦੇ ਲੋਕ ਖਾਸੇ ਘੱਟ ਹੈਗੇ ਆ। ਉੱਦਾਂ ਜਿਹੜੇ ਹਰਿਆਣੇ ਦਾ ਪੁਆ ਦੇ ਏਰੀਆ ਹੈਗਾ ਜਿਹਦੇ 'ਚ ਅਮਰਜੀਤ ਹੋਰੀ ਹੋ ਗਏ, ਅੰਬਾਲੇ ਵਾਲੇ, ਤੇਜਵੀਰ, ਹਾਂ ਅਮਰਜੀਤ ਮੋੜੀ ਹੋਰੀ, ਉਹ ਸਾਰੇ ਵਿਚਾਰੇ ਇੱਧਰ ਪੰਜਾਬ 'ਚ ਹੀ ਕੈਂਪ ਕਰ ਰਹੇ ਨੇ। ਉਹਨਾਂ ਦਾ ਸਾਰਾ ਕਾਡਰ ਪੰਜਾਬ 'ਚ ਆਇਆ ਹੋਇਆ ਕਿਉਂਕਿ ਉਹਨਾਂ ਦੇ ਘਰਾਂ 'ਚ ਆਪਾਂ ਨੂੰ ਪਤਾ ਵੀ ਹਰਿਆਣਾ ਪੁਲਿਸ ਕਿਵੇਂ ਰੇਡ ਕਰ ਰਹੀ ਹੈ ਅਤੇ ਕੀ ਕਹਿ ਰਹੀ ਹੈ, ਇਹ ਸਾਰਾ ਆਪਾਂ ਨੂੰ ਦੇਖਣ ਨੂੰ ਹੀ ਮਿਲ ਰਿਹਾ। ਪਰ ਮਨਦੀਪ, ਪਿਛਲੀ ਵਾਰ 2 ਘੰਟੇ ਲੱਗੇ ਸੀ ਆ ਸ਼ੰਭੂ ਵਾਲਾ ਬੈਰੀਗੇਡ ਟੁੱਟਣ ਵਾਸਤੇ, ਪਰ ਇਸ ਵਾਰ ਤਾਂ ਕਿਸਾਨਾਂ ਨੇ ਵੀ ਚਲੋ ਸਿੱਖਿਆ ਬਹੁਤ ਕੁਝ ਕਿਸਾਨ ਅੰਦੋਲਨ ਤੋਂ, ਪਰ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ, ਸਰਕਾਰਾਂ ਨੇ ਵੀ ਬਹੁਤ ਕੁਝ ਸਿੱਖਿਆ, ਕਿਉਂਕਿ ਦੂਸਰਾ ਅੰਦੋਲਨ ਸੀ ਖੱਟਰ ਸਰਕਾਰ ਦੇ ਦੌਰਾਨ ਜਾਂ ਮੋਦੀ ਸਰਕਾਰ ਦੌਰਾਨ, ਕਿਉਂ ਔਰ ਉਸ ਤੋਂ ਬਾਅਦ ਇੱਥੇ ਜ਼ਬਰਦਸਤ ਤਰੀਕੇ ਨਾਲ ਬੈਰੀਗੇਟਿੰਗ ਔਰ ਕੁਛ ਇੱਕ ਬੈਰੀਗੇਟ ਪੱਟੇ ਨੌਜਵਾਨਾਂ ਨੇ, ਪਰ ਉੱਥੇ ਲਗਾਤਾਰ ਆ ਦੇਖੋ ਹੁਣ ਵੀ ਆਵਾਜ਼ਾਂ ਆ ਰਹੀਆਂ, ਲਗਾਤਾਰ ਬੁਸ਼ਾਰ ਕੀਤੀ ਜਾ ਰਹੀ ਹੈ ਨੌਜਵਾਨਾਂ ਦੇ ਉੱਪਰ, ਟੀਅਰ ਗੈਸ ਦੇ ਗੋਲੇ ਸੁੱਟੇ ਜਾ ਰਹੇ ਆ ਲਗਾਤਾਰ, ਜਿਹੜਾ ਰਬਰ ਬੁਲੇਟ ਦਾ ਆਪਾਂ ਪਹਿਲਾਂ ਹੀ ਜ਼ਿਕਰ ਕੀਤਾ, ਦੇਖੋ ਲਗਾਤਾਰ ਹਜੇ ਆਪਾਂ ਗੱਲ, ਮੈਂ ਆਪਣੀ ਗੱਲ, ਮੈਨੂੰ ਲੱਗਦਾ 15 ਸੈਕਿੰਡ ਹੋਏ ਹੋਣੇ ਆ ਤਾਂ 3-4 ਗੋਲੀਆਂ ਚੱਲਣ ਦੀ ਆਵਾਜ਼ ਆ ਗਈ ਆ, ਆਪਾਂ 4-5 ਹੋਰ ਚੱਲ ਗਿਆ। ਇਹ ਤਾਂ ਲੱਗ ਹੀ ਰਿਹਾ ਕਿ ਅੱਜ ਘੱਟੋ ਘੱਟ 2-3 ਹਜ਼ਾਰ ਗੋਲੇ ਤਾਂ ਸਿੱਟੀ ਦਿੱਤੇ ਹੋਣਗੇ ਸਰਕਾਰ ਨੇ, ਤਾਂ ਇੱਦਾਂ ਫੀਲ ਕਰਾਇਆ ਜਾ ਰਿਹਾ ਕਿ ਜਿਵੇਂ ਇੱਥੇ ਕੋਈ ਜੰਗ ਚੱਲ ਰਹੀ ਹੋਏ ਭਾਰਤ ਪਾਕਿਸਤਾਨ ਦੀ ਕਹਿ ਲਓ ਜਾਂ ਫਿਰ ਦੂਜੇ ਕਿਸੇ ਮੁਲਕ ਦੀ, ਹੈਂ ਉੱਦਾਂ ਜੰਗ ਤਾਂ ਮਾੜੀ ਹੁੰਦੀ ਹੈ, ਅਤੇ ਸਰਕਾਰ ਨੂੰ ਵੀ ਗੱਲਬਾਤ ਰਾਹੀਂ ਅਤੇ ਸਰਕਾਰਾਂ ਦੀ ਸਾਰੀ ਡਿਮਾਂਡਸ ਮੰਨ ਕੇ ਇਹ ਕਦੇ ਸਾਡੇ 'ਤੇ ਹੀ ਆ ਕੇ ਨਾ ਡਿੱਗ ਪਵੇ, ਇਹ ਵੀ ਖਤਰਾ ਲੱਗ ਰਿਹਾ। ਹਾਂ ਨਜ਼ਦੀਕ ਆ ਕੇ ਡਿੱਗਿਆ, ਇੱਧਰ ਹੀ ਆ ਕੇ ਡਿੱਗਿਆ, ਦੇਖੋ ਉੱਧਰ ਤੂੰ ਆ ਉੱਠਿਆ, ਉੱਧਰ ਆ ਕੇ ਡਿੱਗਿਆ, ਤਾਂ ਲਗਾਤਾਰ ਇਹ ਸਰਕਾਰ, ਹਰਿਆਣਾ ਸਰਕਾਰ ਜਿਹੜੀ ਹੈ ਇਹ ਇਸ ਤਰ੍ਹਾਂ ਦੇ ਹਾਲਾਤ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਤਾਂ ਦੇਖ ਹੀ ਲਿਆ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਚੱਲਦੇ ਇੰਟਰਵਿਊ ਦੌਰਾਨ ਇੱਥੇ ਨਜ਼ਦੀਕ ਆ ਕੇ ਵੀ ਡਿੱਗ ਰਹੇ, ਮੈਨੂੰ ਲੱਗਦਾ ਥੋੜ੍ਹਾ ਜਾ ਕੇ ਹੋ ਜਾਣਾ ਚਾਹੀਦਾ, ਆਪਾਂ ਅੱਗੇ ਹੁਣ ਹੋ ਜਾਣਾ ਚਾਹੀਦਾ ਅਤੇ ਆਪਾਂ ਨੂੰ ਇੰਟਰਵਿਊ ਹੁਣ, ਕਿਉਂਕਿ ਹਨੇਰਾ ਵੀ ਹੈ। ਔਰ ਅਮਨਦੀਪ, ਇੱਕ ਮੇਰਾ ਅਖੀਰਲਾ ਸਵਾਲ ਆ ਕਿ ਅਸੈਸਮੈਂਟ ਜਿਸ ਤਰੀਕੇ ਦੇ ਨਾਲ ਲਾਈ ਹੈ ਤੁਸੀਂ, ਤੁਹਾਨੂੰ ਕੀ ਲੱਗ ਰਿਹਾ ਅਗਲਾ ਫਿਊਚਰ ਇਸ ਅੰਦੋਲਨ ਦਾ, ਕਿ ਪੰਜਾਬ ਵਾਲੇ ਤੁਹਾਨੂੰ ਲੱਗਦਾ ਕਿ ਜਿਹੜਾ ਕੈਡਰ ਆ ਉਹ ਲੀਡਰਾਂ ਨੂੰ ਕੁਣੀਆਂ ਮਾਰੂਗਾ ਕਿ ਭਾਈ ਤੁਸੀਂ ਵੀ ਚਲੋ ਡੱਲੇਵਾਲ ਹੋਣੀ, ਸਰਵਣ ਭੰਦੇਰ ਹੋਣੀ ਜਾਂ ਸੁਰਜੀਤ ਫੂਲ ਹੋਣੀ, ਬਾਕੀ ਦੇ ਜਾ ਕੇ ਬੈਠੇ, ਤੁਸੀਂ ਇੱਥੇ ਜਾ ਕੇ ਕੀ ਕਰ ਰਹੇ ਹੋ? ਮਨਜੀਤ ਰਾਏ ਹੋਣੀ ਆ ਗਏ ਜਾਂ ਹੋਰ ਬਲਵੰਤ ਬਹਿਰਾਮ ਕੇ ਹੋਣੀ ਜਾਂ ਹੋਰ ਵੀ ਕਈ ਲੀਡਰ ਆ ਗਏ? ਇਹ ਤਾਂ ਦੇਖੋ ਸਟ੍ਰੈਟੇਜੀ ਵੀ ਹੈ ਇਹਨਾਂ ਦੀ ਜਿਹੜੇ ਇੱਥੇ ਹੈਗੇ ਆ ਉਹਨਾਂ ਦੀ, ਨਹੀਂ ਤਾਂ ਅੱਜ ਇਹ ਤੋੜ ਕੇ ਜਾ ਸਕਦੇ ਸੀਗੇ, ਇਹਨਾਂ ਦਾ ਇਸੇ ਕਰਕੇ ਲੇਟ ਚੱਲੇ ਉੱਥੋਂ, 11 ਵਜੇ ਉੱਥੋਂ ਚੱਲੇ ਤਾਂ ਇੱਥੇ 1-2 ਵਜੇ ਤੱਕ ਪਹੁੰਚੇ। ਸਟ੍ਰੈਟੇਜੀ ਇਸੇ ਕਰਕੇ ਹੈਗੀ ਆ ਕਿ ਇਸ ਲੀਡਰਸ਼ਿਪ ਦੀ ਕੱਲ੍ਹ ਤੱਕ ਜਿੰਨੇ ਵੀ ਪੰਜਾਬ ਦੇ ਹੋਰ ਬਾਕੀ ਰਹਿੰਦੇ ਲੋਕ ਹੈਗੇ ਆ ਜਿਹੜੇ ਕਿ ਜਿਨ੍ਹਾਂ ਦੇ ਮਨ 'ਚ ਹੈਗਾ ਦਿੱਲੀ ਜਾਣ ਦਾ, ਉਹ ਵੀ ਆ ਜਾਣ, ਤਾਂ ਕਿ ਜਿਹੜਾ ਕਾਫਲਾ ਹੈਗਾ ਉਹ ਹੋਰ ਵੱਡਾ ਹੋ ਜਾਵੇ ਅਤੇ ਉਸ ਤੋਂ ਬਾਅਦ ਦਿੱਲੀ ਜਾਇਆ ਜਾਵੇ। ਕੱਲ੍ਹ ਡੈਫੀਨੇਟਲੀ 101% ਤੁਸੀਂ ਦੇਖ ਲਿਓ ਦੁਪਹਿਰੇ 1-2 ਵਜੇ ਤੱਕ ਇਹ ਸਾਰਾ ਕੁਛ ਟੁੱਟਿਆ ਹੋਊਗਾ ਅਤੇ ਕਿਸਾਨ
ਹਾਂ ਕਿਸਾਨ ਅੱਗੇ ਵਧੇ ਹੋਣਗੇ, ਤੁਸੀਂ ਦੇਖ ਲਓ ਅੱਜ ਵੀ ਜੇਸੀਬੀਆਂ ਲੈ ਕੇ ਆਏ ਸੀਗੇ ਕਿਸਾਨ, ਪਰ ਉਹ ਉਹਨਾਂ ਨੇ ਬਸ ਇਹੀ ਕਰਕੇ ਰੱਖਿਆ ਕਿ ਅੱਜ ਰਹਿਣ ਦਿਓ ਕੱਲ ਸਵੇਰ ਦੇਖਦੇ ਹਾਂ। ਬਹੁਤ ਸਾਰੇ ਨੌਜਵਾਨ ਕਾਫਲਿਆਂ ਦੇ ਰੂਪ ਦੇ ਵਿੱਚ ਪੰਜਾਬ ਤੋਂ ਕੱਲ ਨੂੰ ਵੱਧ ਚੜ ਕੇ ਆਉਣਗੇ, ਕਿਉਂਕਿ ਅੱਜ ਦਾ ਤੁਸੀਂ ਵਰਤਾਰਾ ਦੇਖ ਲਿਆ ਜੀ ਖੱਟਰ ਸਰਕਾਰ ਦਾ, ਮੋਦੀ ਦਾ ਉਹ ਚਿਹਰਾ ਸਾਹਮਣੇ ਆ ਗਿਆ ਜਿਹੜਾ ਸਾਨੂੰ ਕਹਿ ਰਿਹਾ ਪੰਜਾਬ ਵਾਲਿਓ ਹਰਿਆਣੇ ਵਾਲਿਓ ਇਹ ਤੁਹਾਡਾ ਮੁਲਕ ਨਹੀਂ ਹੈ, ਅਸੀਂ ਇੱਥੇ ਕੋਈ ਲੜਨ ਨਹੀਂ ਆਏ ਕੋਈ। ਸਰ ਦੇਖੋ ਤੁਸੀਂ ਲਗਾਤਾਰ ਇਸ ਤਰ੍ਹਾਂ ਹੰਝੂ ਗੈਸ ਦੇ ਗੋਲੇ ਇਹਨਾਂ ਕਿਸਾਨਾਂ ਦੇ ਉੱਪਰ ਦਾਗੇ ਜਾ ਰਹੇ ਆ, ਆ ਦੇਖ ਸਕਦੇ ਹੋ ਤੁਸੀਂ। ਤਾਂ ਸੰਜੀਵ ਵੀ ਮੇਰੇ ਨਾਲ ਸੀ, ਸੰਜੀਵ ਲਗਾਤਾਰ ਸਵੇਰ ਤੋਂ ਰਿਪੋਰਟ ਕਰ ਰਹੇ, ਸੰਜੀਵ ਕੀ ਦੇਖਿਆ, ਕੀ ਅਸੈਸਮੈਂਟ ਰਹੀ ਤੁਹਾਡੀ? ਸਭਸੇ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਜੈਸੇ ਹਮ ਪਹੁੰਚੇ ਤੇ ਸੁਬਹ ਹਮ ਔਰ ਆਪ ਦੋਨੋਂ ਸਾਥ ਮੇਂ ਥੇ, ਹਮ ਸਿਰਫ ਔਰ ਸਿਰਫ ਇਹ ਦੇਖਣਾ ਚਾਹ ਰਹੇ ਥੇ ਕਿ ਅਭੀ ਮਾਹੌਲ ਕਿਆ ਚੱਲ ਰਹਾ ਹੈ। ਇਧਰੋਂ ਸਰਵਣ ਪੰਧੇਰ ਹੁਣੀ ਵੀ ਆ ਰਹੇ ਆ, ਤਾਂ ਸਰਵਣ ਪੰਧੇਰ ਔਰ ਬਾਕੀ ਦੀਆਂ ਜਥੇਬੰਦੀਆਂ, ਸਰਵਣ ਪੰਧੇਰ ਹੁਣੀ ਵੀ ਸ਼ਾਇਦ ਉਧਰ, ਕਿਉਂਕਿ ਹੰਝੂ ਗੈਸ ਦਾ ਗੋਲਾ ਉਸ ਬੰਨੇ ਡਿੱਗਿਆ ਸੀਗਾ, ਤਾਂ ਇਸ ਤਰੀਕੇ ਦੇ ਨਾਲ ਕਵਰ ਕੀਤਾ ਜਾ ਰਿਹਾ ਔਰ ਲਗਾਤਾਰ ਇਸੇ ਤਰੀਕੇ ਨਾਲ ਸਵੇਰ ਤੋਂ ਹੀ ਗੋਲੇ ਚੱਲ। ਜੈਸੇ ਹਮ ਪਹੁੰਚੇ ਥੇ ਸਾਥ ਮੇਂ ਥੇ, ਤੋ ਜੈਸੇ ਹਮ ਪਹੁੰਚੇ ਥੇ ਤੋ ਦੇਖਾ ਥਾ ਕਿ ਹਮ ਕਵਰ ਕਰ ਹੀ ਰਹੇ ਥੇ, ਹਮੇਂ ਇਹ ਅਹਿਸਾਸ ਹੀ ਨਹੀਂ ਥਾ ਕਿ ਉਸ ਤਰਫ ਸੇ ਇਸ ਤਰ੍ਹਾਂ ਸੇ ਆਂਸੂ ਗੈਸ ਕੇ ਗੋਲੇ ਜੋ ਹੈ ਵੋ ਛੋੜ ਦੀਏ ਜਾਏਂਗੇ, ਲੇਕਿਨ ਇਹਨੋਨੇ ਕਿਆ ਕੀਆ ਕਿ ਕਿਸੀ ਕੋ ਦੇਖਾ ਨਹੀਂ ਔਰ ਏਕਦਮ ਸੇ ਆਂਸੂ ਗੈਸ ਕੇ ਗੋਲੇ ਛੋੜ ਦੀਏ, ਔਰ ਜੈਸੇ ਹਮ ਵਹਾਂ ਸੇ ਨਿਕਲੇ ਔਰ ਤਬ ਸੇ ਲੇਕਰ ਅਬ ਤੱਕ ਇਹ ਸਾਰੇ ਆਂਸੂ ਗੈਸ ਕੇ ਗੋਲੇ ਇਸੀ ਤਰ੍ਹਾਂ ਸੇ ਛੋੜੇ ਜਾ ਰਹੇ ਹੈ, ਲੇਕਿਨ ਯਹਾਂ ਪਰ ਕਿਸਾਨੋ ਕੀ ਇਹ ਬਾਤ ਮਾਨਨੀ ਪੜੇਗੀ ਕਿ ਕਿਸਾਨ ਜੋ ਹੈ ਵੋ ਡਟੇ ਹੋਏ ਹੈ ਪੂਰੀ ਤਰ੍ਹਾਂ ਸੇ, ਔਰ ਕਿਸਾਨ ਜੋ ਹੈ ਵੋ ਕਿਸੀ ਵੀ ਤਰ੍ਹਾਂ ਸੇ ਹਾਰ ਨਹੀਂ ਮਾਨਨੇ ਵਾਲੇ ਹੈ, ਲੇਕਿਨ ਯਹਾਂ ਪੇ ਇੱਕ ਬਾਤ ਤੋ ਇਹ ਆਪਕੋ ਜ਼ਰੂਰ ਮਾਨਨੀ ਪੜੇਗੀ ਕਿ ਸਭਸੇ ਬੜਾ ਸਵਾਲ ਪੂਰੇ ਇਸ ਪੂਰੀ ਕਾਰਵਾਈ ਕਾ ਇੱਕ ਸਵਾਲ ਵਿਕਰਮ ਭਾਈ ਜੋ ਸਭਸੇ ਬੜਾ ਨਿਕਲ ਕੇ ਆ ਰਿਹਾ ਹੈ ਵੋ ਇਹ ਹੈ ਕਿ ਆਖਿਰਕਾਰ ਕਿਸਾਨੋ ਨੇ ਜਾਣਾ ਤੋ ਦਿੱਲੀ ਹੈ, ਤੋ ਫਿਰ ਹਰਿਆਣਾ ਸਰਕਾਰ ਇਨਕੋ ਕਿਉਂ ਰੋਕ ਰਹੀ ਹੈ? ਕਿਸਾਨੋ ਕੀ ਲੜਾਈ ਜੋ ਹੈ ਵੋ ਦਿੱਲੀ ਸੇ ਹੈ, ਨਰਿੰਦਰ ਮੋਦੀ ਸਰਕਾਰ ਸੇ ਹੈ, ਸੈਂਟਰ ਗੌਰਮੈਂਟ ਸੇ ਹੈ, ਹਰਿਆਣਾ ਸੇ ਤੋ ਸਿਰਫ ਜਾਣੇ ਕਾ ਰਾਸਤਾ ਹੈ ਜੋ ਕਿ ਦਿੱਲੀ ਉਨਕੋ ਪਹੁੰਚਾਤਾ ਹੈ, ਤੋ ਹਰਿਆਣਾ ਸਰਕਾਰ ਸੇ ਤੋ ਕਿਸਾਨ ਕੋਈ ਡਿਮਾਂਡ ਕਰ ਨਹੀਂ ਰਹੇ ਹੈ, ਤੋ ਫਿਰ ਹਰਿਆਣਾ ਸਰਕਾਰ ਯਹਾਂ ਪੇ ਇਨਕੋ ਕਿਉਂ ਰੋਕ ਰਹੀ ਹੈ? ਹਰਿਆਣਾ ਮੇਂ ਵੀ ਬੀਜੇਪੀ ਹੈ ਨਾ, ਇਸਲੀਏ। ਹਾਂ ਯਹੀ ਬਾਤ ਹੈ ਕਿ ਹਰਿਆਣਾ ਮੇਂ ਵੀ ਬੀਜੇਪੀ ਸਰਕਾਰ ਹੈ ਔਰ ਸੈਂਟਰ ਮੇਂ ਵੀ ਬੀਜੇਪੀ ਸਰਕਾਰ ਹੈ, ਤੋ ਕਿਉਂਕਿ ਪਿਛਲੀ ਵਾਰ ਕਿਆ ਹੁਆ, ਪਿਛਲੀ ਵਾਰ ਇਸੇ ਮੁਝੇ ਇਹ ਲੱਗਦਾ ਹੈ, ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਕਿਉਂਕਿ ਅੱਗੇ ਇਲੈਕਸ਼ਨ ਵੀ ਆਉਣ ਵਾਲੇ ਆ, ਤਾਂ ਖੱਟਰ ਔਰ ਦੁਸ਼ਯੰਤ ਚੌਟਾਲਾ ਹੋਣਾ ਦੇ ਵਿੱਚ ਮੈਨੂੰ ਲੱਗਦਾ, ਕਿਉਂਕਿ ਉਹਨਾਂ ਦਾ ਕੈਡਰ ਜ਼ਰੂਰ ਹਿੱਲੂਗਾ ਦੁਸ਼ਯੰਤ ਚੌਟਾਲਾ ਹੋਣਾ ਦਾ, ਹਾਲਾਂਕਿ ਪੰਜਾਬ 'ਚ ਇਸ ਅੰਦੋਲਨ ਦਾ ਕਿਹੋ ਕਿਹੇ ਲੈਵਲ ਦਾ ਅਸਰ ਜਾਂਦਾ ਇਹ ਦੇਖਣਾ ਹੋਊਗਾ। ਮੁਝੇ ਯਹਾਂ ਪੇ ਇੱਕ ਬਾਤ ਸਮਝ ਨਹੀਂ ਆਤੀ ਹੈ ਕਿ ਜੋ ਮਨੋਹਰ ਲਾਲ ਸਰਕਾਰ ਹੈ ਇਹਨੋਨੇ ਕਿਆ ਕੀਆ, ਪਿਛਲੀ ਵਾਰ ਜਬ ਆੰਦੋਲਨ ਹੁਆ ਤਬ ਵੀ ਮਨੋਹਰ ਸਰਕਾਰ ਨੇ ਕੋਈ ਬਹੁਤ ਜ਼ਿਆਦਾ ਕਿਸਾਨੋ ਕੇ ਫੇਵਰ ਨਹੀਂ ਕੀਆ ਥਾ, ਲੇਕਿਨ ਅਬ ਜਬ ਕਿ ਸੈਂਟਰ ਮੇਂ ਗਵਰਨਮੈਂਟ ਸੈਂਟਰ ਮੇਂ ਜੋ ਹੈ ਵੋ ਇਲੈਕਸ਼ਨ ਨਜ਼ਦੀਕ ਹੈ ਔਰ ਉਸਕੇ ਬਾਅਦ ਵੀ ਹਰਿਆਣਾ ਕੇ ਇਲੈਕਸ਼ਨ ਹੋਣੇ ਹੈ, ਤੋ ਉਸ ਵਕਤ ਜਬ ਇਲੈਕਸ਼ਨ ਜਬ ਪਿਛਲੀ ਵਾਰ ਜਬ ਆੰਦੋਲਨ ਹੁਆ ਥਾ ਤਬ ਵੀ ਹਰਿਆਣਾ ਗਵਰਨਮੈਂਟ ਕੋ ਇਸਕਾ ਕੋਈ ਫਾਇਦਾ ਨਹੀਂ ਹੁਆ ਥਾ, ਨੁਕਸਾਨ ਹੀ ਹੁਆ ਥਾ, ਬਲਕਿ ਅਬ ਜਬ ਇਲੈਕਸ਼ਨ ਸਰ ਪੇ ਹੈ, ਅਬ ਐਸੇ ਮੌਕੇ ਪੇ ਆਪ ਕਿਸਾਨੋ ਕੋ ਯਹਾਂ ਆਕਰ ਰੋਕ ਰਹੇ ਹੈ, ਤੋ ਮੁਝੇ ਲਗਤਾ ਹੈ ਕਿ ਇਹ ਡਿਸੀਜ਼ਨ ਕਿਸੀ ਵੀ ਲਿਹਾਜ਼ ਸੇ ਠੀਕ ਨਹੀਂ ਹੈ, ਕਿਉਂਕਿ ਇਹ ਮੈਸੇਜ ਬਿਲਕੁਲ ਵੀ ਠੀਕ ਨਹੀਂ ਜਾਏਗਾ। ਜੋ ਲੋਕ ਉਸ ਦੌਰ ਕੋ ਭੁੱਲ ਚੁੱਕੇ ਥੇ, ਪਹਿਲੇ ਕਿਸਾਨ ਆੰਦੋਲਨ ਜੋ ਹੋਆ ਉਸ ਦੌਰ ਕੋ ਲੋਕ ਭੁੱਲ ਚੁੱਕੇ ਥੇ, ਅਬ ਵੋ ਇੱਕ ਵਾਰ ਫਿਰ ਯਾਦਾਂ ਤਾਜ਼ਾ ਹੋ ਗਈਆਂ ਔਰ ਅਬ ਕੀ ਵਾਰ ਬਹੁਤ ਜ਼ਿਆਦਾ। ਔਰ ਇਹ ਸੰਜੀਵ ਸਾਡੇ ਸਹਿਯੋਗੀ ਨੇ, ਸੰਜੀਵ ਹੁਣੀ ਲਗਾਤਾਰ ਦੇਖ ਵੀ ਰਹੇ ਸੀ ਗਰਾਊਂਡ 'ਤੇ ਵੀ ਦੇਖ ਕੇ, ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਨੇ, ਤਾਂ ਇਹੋ ਸਾਡੀ ਕੋਸ਼ਿਸ਼ ਸੀ। ਮਨਦੀਪ ਪੂਨੀਆ ਨਾਲ ਵੀ ਇਸੇ ਕਰਕੇ ਗੱਲਬਾਤ ਕੀਤੀ ਹੈ, ਤਾਂ ਬਾਕੀ ਅਪਡੇਟਸ ਕਿਸਾਨ ਅੰਦੋਲਨ ਦੀ ਇਕੱਲੀ ਇਕੱਲੀ ਅਪਡੇਟ ਪ੍ਰੋ ਪੰਜਾਬ ਟੀਵੀ ਲਗਾਤਾਰ ਦਿਖਾਉਂਦਾ ਰਹੇਗਾ। ਦੇਖਦੇ ਰਹੋ, ਜੁੜੇ ਰਹੋ। ਸਤਿ ਸ਼੍ਰੀ ਅਕਾਲ।